ਅਫਸੋਸ ਕਰਦਾ ਅੱਜ ਕਿ ਸਰਬਸੰਮਤੀ ਕਰ ਲਓ ਪਿੰਡ 'ਚ, ਸਰਪੰਚ ਪਿੰਡ ਦਾ ਚੁਣੋ, ਕਿਸੇ ਪਾਰਟੀ ਦਾ ਨਾ ਚੁਣੋ, ਸਰਪੰਚ ਪਿੰਡ ਦਾ ਹੋਣਾ ਚਾਹੀਦਾ। ਸਰਬਸੰਮਤੀਆਂ ਕਰ ਲਓਗੇ ਜਿਹੜਾ ਪਿੰਡ ਵੀ ਸਰਬਸੰਮਤੀ ਪੰਚਾਇਤ 'ਤੇ ਕਰ ਲੂਗਾ, ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਈਆ ਉਸ ਪਿੰਡ ਨੂੰ ਗ੍ਰਾਂਟ ਦੇ ਤੌਰ 'ਤੇ ਦਿੱਤਾ ਜਾਊਗਾ ਕਿ ਤੁਸੀਂ ਵਿਕਾਸ ਦੇ ਕੰਮ ਪਹਿਲੇ ਦਿਨ ਹੀ ਸ਼ੁਰੂ ਕਰ ਲਓ। ਅਤੇ ਕਈ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਆਪਣੀ ਗੱਡੀ 'ਤੇ ਲਾਲ ਅੱਖਾਂ 'ਚ ਪਲੇਟ ਲਾ ਕੇ ਰੱਖਦੇ ਨੇ ਸਾਬਕਾ ਸਰਪੰਚ, ਸਾਬਕਾ ਦਾ ਵੀ ਪਲੇਟ ਲੱਗਦੀ ਹੈ, ਉਹ ਸਮਝਦੇ ਨੇ ਅਸੀਂ ਪੈਸੇ ਨਾਲ ਸਰਪੰਚ ਬਣ ਜਾਂਗੇ। ਕਈ ਪਿੰਡਾਂ 'ਚ, ਵੱਡੇ ਪਿੰਡਾਂ 'ਚ 30-30 ਲੱਖ ਰੁਪਈਆ 40-40 ਲੱਖ ਰੁਪਈਆ ਵੀ ਸਰਪੰਚੀ ਦੀ ਇਲੈਕਸ਼ਨ 'ਤੇ ਖਰਚ ਕਰ ਦਿੱਤਾ ਜਾਂਦਾ। ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਜਿਨ੍ਹਾਂ ਕੋਲ ਇਹ ਗਲਤ ਫਹਿਮੀ ਹੈ ਜਾਂ ਖੁਸ਼ ਫਹਿਮੀ ਹੈ ਕਿ ਅਸੀਂ ਪੈਸੇ ਲਾ ਕੇ 30 ਲੱਖ ਲਾ ਕੇ ਬਾਅਦ 3 ਕਰੋੜ ਕਮਾਵਾਂਗੇ ਸਰਪੰਚ ਬਣ ਕੇ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਪਹਿਲਾਂ ਵਾਲੀਆਂ ਗੱਲਾਂ ਗਈਆਂ, 30 ਲੱਖ ਲਾ ਤਾਂ ਦਿਓਗੇ, ਪੂਰੇ ਕਿਵੇਂ ਕਰੋਗੇ? ਪੈਸੇ ਤਾਂ ਮੇਰੇ ਕੋਲੋਂ ਹੀ ਜਾਣਗੇ ਨਾ, ਗਲੀਆਂ ਨਾਲੀਆਂ ਦੇ ਪੈਸੇ ਖਾਣ ਨੂੰ ਫਿਰਦੇ ਹੋ, ਗਲੀਆਂ ਨਾਲੀਆਂ ਬਾਅਦ 'ਚ ਸ਼ੁਰੂ ਹੁੰਦੀਆਂ ਨੇ, ਕਈ ਥਾਵੇਂ ਸਰਪੰਚ ਦੀ ਕੋਠੀ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਮਤਲਬ ਹੁਣ ਉਹ ਭੁੱਲ ਜਾਣ ਕਿ 40 ਲੱਖ ਲਾ ਕੇ 3 ਕਰੋੜ ਕਮਾਵਾਂਗੇ, 30 ਲੱਖ ਲਾ ਕੇ 3 ਕਰੋੜ ਕਮਾਵਾਂਗੇ, ਪੈਸੇ ਨਾਲ ਸਰਪੰਚ ਜਿੱਤੋਗੇ, ਜਿੱਤ ਲਿਓ, ਪਰ ਜਿਹੜਾ ਗੌਰਮੈਂਟ ਵੱਲੋਂ ਪੈਸਾ ਆਊਗਾ ਉਹ ਤਾਂ ਪਿੰਡ 'ਤੇ ਹੀ ਲਾਉਣਾ ਪਊਗਾ, ਉਹਦੇ 'ਚ ਅਸੀਂ ਕੋਈ ਕੱਪੜਾ ਨਹੀਂ ਹੋਣ ਦੇਣਾ। ਇਸ ਕਰਕੇ ਕੋਈ ਗਲਤ ਫਹਿਮੀ 'ਚ ਨਾ ਰਿਹਾ। ਚੋਣਾਂ ਆ ਰਹੀਆਂ ਨੇ, ਪੰਚਾਇਤੀ ਨਗਰ ਨਿਗਮ ਵੀ ਹੈ, ਨਗਰ ਕੌਂਸਲ ਵੀ ਨੇ, ਤੁਹਾਨੂੰ ਜਿਸ ਕਿਸਮ ਦੀ ਵੀ ਚੋਣ ਦਾ ਸਾਹਮਣਾ ਕਰਨਾ ਪਵੇ, ਆਪਣੀ ਚੋਣ, ਚੋਣ ਨੂੰ ਕਹਿੰਦੇ ਮਤਦਾਨ, ਆਪਣੀ ਮਤ ਦਾ, ਆਪਣੀ ਅਕਲ ਦਾ ਦਾਨ ਕਿ ਮੇਰੀ ਅਕਲ ਮੁਤਾਬਕ, ਮੇਰੇ ਮਤ ਮੁਤਾਬਕ ਆਹ ਬੰਦਾ ਵਧੀਆ, ਉਹ ਦਾਨ ਕਰਨੀ ਹੈ ਤੁਸੀਂ ਅਕਲ ਦਾ। ਸੋ ਇਸ ਕਰਕੇ ਮਤਦਾਨ ਆ ਗਿਆ, ਆਪਣੀ ਮਤ ਮੁਤਾਬਕ ਦਾਨ ਕਰਿਓ, ਖਾਸ ਤੌਰ 'ਤੇ ਭਾਈਚਾਰਕ ਸਾਂਝ ਬਣਾਈ ਰੱਖਿਓ, ਇੱਕ ਦੂਜੇ ਨਾਲ ਲੜਿਓ ਨਾ। ਪਿੰਡਾਂ 'ਚ ਪੰਚਾਇਤਾਂ ਦੀਆਂ ਚੋਣਾਂ ਵੇਲੇ ਬਹੁਤ ਲੜਾਈਆਂ ਦੇਖੀਆਂ ਮੈਂ, ਇੱਕ ਦੂਜੇ 'ਤੇ 57 ਦੇ ਪਰਚੇ ਹੋ ਜਾਂਦੇ ਆ, ਇੱਕ ਦੂਜੇ ਦੇ ਘਰ ਦੇ ਮੂਹਰ ਦੀ ਲਲਕਾਰੇ ਮਾਰ ਕੇ ਲੰਘਦੇ ਆ, ਇੱਕ ਦੂਜੇ ਨੂੰ ਨੀਚਾ ਥੱਲੇ ਦਿਖਾਉਣ ਦੀ ਹੋੜ ਲੱਗ ਜਾਂਦੀ ਹੈ, ਦਾਰੂਆਂ ਪਈਆਂ ਜਾਂਦੀਆਂ ਨੇ, ਜਲੇਬੀਆਂ ਵੰਡੀਆਂ ਜਾਂਦੀਆਂ ਨੇ ਪਿੰਡ ਦਾ ਸਰਪੰਚ ਬਣਨ ਵਾਸਤੇ। ਕਈ ਬੰਦੇ, ਮੈਂ ਤਾਂ ਸਭ ਤੋਂ ਪਹਿਲਾਂ ਤਾਂ ਇਹ ਅਨਾਊਂਸ ਕਰਦਾ ਅੱਜ ਕਿ ਸਰਬਸੰਮਤੀ ਕਰ ਲਓ ਪਿੰਡ 'ਚ, ਸਰਪੰਚ ਪਿੰਡ ਦਾ ਚੁਣੋ, ਕਿਸੇ ਪਾਰਟੀ ਦਾ ਨਾ ਚੁਣੋ, ਸਰਪੰਚ ਪਿੰਡ ਦਾ ਹੋਣਾ ਚਾਹੀਦਾ। ਸਰਬਸੰਮਤੀਆਂ ਕਰ ਲਓਗੇ ਜਿਹੜਾ ਪਿੰਡ ਵੀ ਸਰਬਸੰਮਤੀ ਪੰਚਾਇਤ 'ਤੇ ਕਰ ਲੂਗਾ, ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਈਆ ਉਸ ਪਿੰਡ ਨੂੰ ਗ੍ਰਾਂਟ ਦੇ ਤੌਰ 'ਤੇ ਦਿੱਤਾ ਜਾਊਗਾ ਕਿ ਤੁਸੀਂ ਵਿਕਾਸ ਦੇ ਕੰਮ ਪਹਿਲੇ ਦਿਨ ਹੀ ਸ਼ੁਰੂ ਕਰ ਲਓ। ਅਤੇ ਕਈ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਆਪਣੀ ਗੱਡੀ 'ਤੇ ਲਾਲ ਅੱਖਾਂ 'ਚ ਪਲੇਟ ਲਾ ਕੇ ਰੱਖਦੇ ਨੇ ਸਾਬਕਾ ਸਰਪੰਚ, ਸਾਬਕਾ ਦਾ ਵੀ ਪਲੇਟ ਲੱਗਦੀ ਹੈ, ਉਹ ਸਮਝਦੇ ਨੇ ਅਸੀਂ ਪੈਸੇ ਨਾਲ ਸਰਪੰਚ ਬਣ ਜਾਂਗੇ। ਕਈ ਪਿੰਡਾਂ 'ਚ, ਵੱਡੇ ਪਿੰਡਾਂ 'ਚ 30-30 ਲੱਖ ਰੁਪਈਆ 40-40 ਲੱਖ ਰੁਪਈਆ ਵੀ ਸਰਪੰਚੀ ਦੀ ਇਲੈਕਸ਼ਨ 'ਤੇ ਖਰਚ ਕਰ ਦਿੱਤਾ ਜਾਂਦਾ। ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਜਿਨ੍ਹਾਂ ਕੋਲ ਇਹ ਗਲਤ ਫਹਿਮੀ ਹੈ ਜਾਂ ਖੁਸ਼ ਫਹਿਮੀ ਹੈ ਕਿ ਅਸੀਂ ਪੈਸੇ ਲਾ ਕੇ 30 ਲੱਖ ਲਾ ਕੇ ਬਾਅਦ 3 ਕਰੋੜ ਕਮਾਵਾਂਗੇ ਸਰਪੰਚ ਬਣ ਕੇ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਪਹਿਲਾਂ ਵਾਲੀਆਂ ਗੱਲਾਂ ਗਈਆਂ, 30 ਲੱਖ ਲਾ ਤਾਂ ਦਿਓਗੇ, ਪੂਰੇ ਕਿਵੇਂ ਕਰੋਗੇ? ਪੈਸੇ ਤਾਂ ਮੇਰੇ ਕੋਲੋਂ ਹੀ ਜਾਣਗੇ ਨਾ, ਗਲੀਆਂ ਨਾਲੀਆਂ ਦੇ ਪੈਸੇ ਖਾਣ ਨੂੰ ਫਿਰਦੇ ਹੋ, ਗਲੀਆਂ ਨਾਲੀਆਂ ਬਾਅਦ 'ਚ ਸ਼ੁਰੂ ਹੁੰਦੀਆਂ ਨੇ, ਕਈ ਥਾਵੇਂ ਸਰਪੰਚ ਦੀ ਕੋਠੀ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਮਤਲਬ ਹੁਣ ਉਹ ਭੁੱਲ ਜਾਣ ਕਿ 40 ਲੱਖ ਲਾ ਕੇ 3 ਕਰੋੜ ਕਮਾਵਾਂਗੇ, 30 ਲੱਖ ਲਾ ਕੇ 3 ਕਰੋੜ ਕਮਾਵਾਂਗੇ, ਪੈਸੇ ਨਾਲ ਸਰਪੰਚ ਜਿੱਤੋਗੇ, ਜਿੱਤ ਲਿਓ,
ਪਰ ਜਿਹੜਾ ਗੌਰਮੈਂਟ ਵੱਲੋਂ ਪੈਸਾ ਆਊਗਾ ਉਹ ਤਾਂ ਪਿੰਡ 'ਤੇ ਲਾਉਣਾ ਪਊਗਾ, ਉਹਦੇ 'ਚ ਅਸੀਂ ਕੋਈ ਕੱਪੜਾ ਨਹੀਂ ਹੋਣ ਦੇਣਾ। ਇਸ ਕਰਕੇ ਕੋਈ ਗਲਤ ਫਹਿਮੀ 'ਚ ਨਾ ਰਹੇ ਹੋ ਕਿ ਅਸੀਂ ਪੈਸੇ ਨਾਲ ਸਰਪੰਚ ਜਿੱਤ ਲਾਂਗੇ। ਸੋ ਮੈਂ ਅੱਜ ਦੇ ਇਸ ਮੁਕੱਦਸ ਦਿਹਾੜੇ 'ਤੇ ਜਿੱਥੇ ਬਿਜਲੀ ਦੇ ਮਾਮਲੇ 'ਚ, ਰੋਜ਼ਗਾਰ ਦੇ ਮਾਮਲੇ 'ਚ, ਸਕੂਲਾਂ ਦੇ ਮਾਮਲੇ 'ਚ, ਹੈਲਥ ਦੇ ਮਾਮਲੇ 'ਚ ਪੰਜਾਬ ਨੂੰ ਆਤਮ ਨਿਰਭਰ ਬਣਾਉਣ ਦਾ ਨਿਸ਼ਚਾ ਵੀ ਕਰਦਾ, ਉੱਥੇ ਨਾਲ ਨਾਲ ਝੋਨੇ ਦੀ ਪਰਾਲੀ ਵਾਸਤੇ ਆਉਣ ਵਾਲੇ ਦਿਨਾਂ 'ਚ ਇੱਕ ਵੱਡੇ ਐਲਾਨ ਹੋਣਗੇ ਔਰ ਬਹੁਤ ਸਾਰੇ ਇਹੋ ਜਿਹੇ ਪ੍ਰੋਜੈਕਟ ਆ ਰਹੇ ਨੇ ਜਿਨ੍ਹਾਂ ਬਾਰੇ ਤੁਸੀਂ ਸੋਚਿਆ ਨਹੀਂ ਹੋਣਾ ਔਰ ਨਵੇਂ ਪ੍ਰੋਜੈਕਟ ਨੇ। ਮੇਰਾ ਮਕਸਦ ਇਹ ਹੈ ਕਿ ਪੰਜਾਬ ਦੇ ਖਜ਼ਾਨੇ ਨੂੰ ਕਿਵੇਂ ਭਰਿਆ ਜਾਵੇ। ਮੇਰਾ ਮਕਸਦ ਇਹ ਹੈ ਪੰਜਾਬ ਦੇ ਖਜ਼ਾਨੇ ਦਾ ਇੱਕ ਵੀ ਪੈਸਾ ਫਾਲਤੂ ਨਾ ਜਾਵੇ। ਅਸੀਂ ਇੱਕ ਇੱਕ ਪੈਸੇ ਪਿੱਛੇ ਲੜਦੇ, ਇੱਕ ਪੈਸੇ ਪਿੱਛੇ। ਪਿਛਲੇ ਦਿਨੀ ਇੱਕ ਵੀ ਬਹੁਤ ਵੱਡਾ ਐਗਰੀਮੈਂਟ ਕਰਨਾ ਸੀ, ਉਹ 'ਚ ਅਸੀਂ ਇੱਕ ਪੈਸਾ ਘਟਾਉਣਾ ਸੀ। ਉਹ ਜਿਹੜੀ ਕੰਪਨੀ ਸੀ ਉਹ ਕਹਿੰਦੀ ਜੀ ਇੱਕ ਪੈਸੇ ਦਾ ਕੀ, ਪਰ ਅਸੀਂ ਕਿਹਾ ਜੀ 5 ਸਾਲਾਂ 'ਚ ਦੇਖੋ ਇੱਕ ਪੈਸਾ ਕਿੰਨਾ ਬਣਦਾ। 5 ਸਾਲਾਂ 'ਚੋਂ ਇੱਕ ਪੈਸਾ 70 ਤੋਂ 80 ਲੱਖ ਬਣਦਾ ਸੀ। 5 ਸਾਲਾਂ 'ਚ ਇੱਕ ਪੈਸਾ ਘਟਾ ਲਿਆ, 70-80 ਲੱਖ ਬਚ ਗਿਆ। ਸੋ ਅਸੀਂ ਉਸ ਖਜ਼ਾਨੇ ਨੂੰ ਬਿਲਕੁਲ ਸੰਭਾਲ ਕੇ ਰੱਖਾਂਗੇ। ਪਹਿਲਾਂ ਵਾਲਿਆਂ ਵਾਂਗੂ ਨਹੀਂ ਕਹਿਣਾ, ਅਸੀਂ ਇਹ ਵੀ ਨਹੀਂ ਕਹਿਣਾ ਵੀ ਖਜ਼ਾਨਾ ਖਾਲੀ ਹੈ। ਖਜ਼ਾਨੇ 'ਚ ਬਹੁਤ ਪੈਸਾ ਹੈ, ਨੀਅਤ ਸਾਫ਼ ਹੋਣੀ ਚਾਹੀਦੀ ਹੈ ਲੋਕਾਂ ਵਾਸਤੇ, ਸਕੂਲਾਂ ਵਾਸਤੇ, ਸਿੱਖਿਆ ਵਾਸਤੇ, ਹਸਪਤਾਲਾਂ ਵਾਸਤੇ, ਨੌਕਰੀਆਂ ਦੇਣ ਵਾਸਤੇ, ਸਟੇਡੀਅਮ ਬਣਾਉਣ ਵਾਸਤੇ ਬਹੁਤ ਪੈਸਾ ਸਰਕਾਰਾਂ ਕੋਲ। ਸਰਕਾਰ ਕਦੇ ਖਾਲੀ ਨਹੀਂ ਹੁੰਦੀ ਪੈਸਿਆਂ ਤੋਂ, ਨੀਅਤ ਸਾਫ਼ ਚਾਹੀਦੀ ਹੈ। ਅਸੀਂ ਉਹਨਾਂ ਵਾਂਗੂ ਉਹ ਜਿਵੇਂ ਸੱਪ ਕੁੰਡਲੀ ਮਾਰ ਕੇ ਬਹਿ ਜਾਂਦਾ ਖਜ਼ਾਨੇ 'ਤੇ, ਅਸੀਂ ਕੁੰਡਲੀ ਮਾਰ ਕੇ ਨਹੀਂ ਬਹਿੰਦੇ। ਅਸੀਂ ਲੀਕੇਜ ਬੰਦ ਕਰਤੀ, ਭ੍ਰਿਸ਼ਟਾਚਾਰ ਘੱਟ ਗਿਆ, ਬਹੁਤ ਘੱਟ ਗਿਆ, ਮਾਫੀਏ ਬੰਦ ਹੋ ਗਏ, ਤਾਂ ਉਹਦੇ ਨਾਲ ਕੀ ਹੋਇਆ, ਪੈਸਾ ਸਾਰਾ ਖਜ਼ਾਨੇ 'ਚ ਆਉਣ ਲੱਗ ਗਿਆ, ਖਜ਼ਾਨਾ ਭਰਨ ਲੱਗ ਗਿਆ, ਤਾਂ ਪੈਸੇ ਖਜ਼ਾਨੇ ਦਾ ਮੂੰਹ ਅਸੀਂ ਲੋਕਾਂ ਵੱਲ ਖੋਲ੍ਹਣ ਲੱਗ ਗਏ। ਚਾਹੇ ਬਿਜਲੀ ਫ੍ਰੀ ਕੀਤੀ ਹੋਵੇ, ਚਾਹੇ ਹਸਪਤਾਲ ਖੋਲ੍ਹੇ ਹੋਣ, ਆਮ ਆਦਮੀ ਕਲੀਨਿਕ ਖੋਲ੍ਹੇ ਹੋਣ, ਤਾਂ ਹੋਰ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਨਮਨ ਕਰਦੇ ਹਾਂ ਔਰ ਉਹਨਾਂ ਦੀ ਆਤਮਾ ਨੂੰ ਉਸ ਵੇਲੇ ਸ਼ਾਂਤੀ ਮਿਲੂਗੀ ਜਦੋਂ ਉਹਨਾਂ ਦੇ ਸੁਪਨਿਆਂ ਦਾ ਭਾਰਤ, ਸੁਪਨਿਆਂ ਦਾ ਪੰਜਾਬ ਬਣਾਵਾਂਗੇ। ਪੰਜਾਬ ਰੰਗਲਾ ਪੰਜਾਬ ਬਣਾਉਣਾ। ਜਿਸ ਦਿਨ ਪੰਜਾਬ ਰੰਗਲਾ ਪੰਜਾਬ ਬਣ ਗਿਆ, ਪੰਜਾਬ ਦੇਸ਼ ਦਾ ਨੰਬਰ 1 ਸੂਬਾ ਬਣੂਗਾ ਅਤੇ ਦੇਸ਼ ਦਾ ਨੰਬਰ 1 ਸੂਬਾ ਪੰਜਾਬ ਬਣੂਗਾ। ਇਸ ਗੱਲ 'ਚ ਮੈਨੂੰ ਕੋਈ ਸ਼ੱਕ ਨਹੀਂ ਕਿ ਜਿਸ ਦਿਨ ਨੰਬਰ 1 ਸੂਬਾ ਪੰਜਾਬ ਹੋਇਆ, ਦੇਸ਼ ਵੀ ਨੰਬਰ 1 ਬਣੂਗਾ ਪੂਰੀ ਦੁਨੀਆ ਦੇ ਵਿੱਚ, ਕਿਉਂਕਿ ਪੰਜਾਬ ਹੀ ਲੀਡ ਕਰਦਾ ਹਰੇਕ ਇਨਕਲਾਬ ਨੂੰ, ਹਰੇਕ ਨਵੀਂ ਲਹਿਰ ਨੂੰ ਪੰਜਾਬ ਲੀਡ ਕਰਦਾ। ਆਜ਼ਾਦੀ ਤੋਂ ਲੈ ਕੇ ਅੱਜ ਤੱਕ ਪੰਜਾਬ ਨੇ ਲੀਡ ਕੀਤਾ ਅਤੇ ਪੰਜਾਬੀ ਜਿਹੜੇ ਨੇ ਉਹ ਜਿਹੜੇ ਬਣੇ ਜਿਹੜਾ ਉਹ ਲੀਡ ਕਰਨ ਵਾਸਤੇ ਹੈ। ਸੋ ਪੰਜਾਬੀਆਂ ਨੇ ਪੂਰੀ ਦੁਨੀਆ 'ਚ ਮੱਲਾਂ ਮਾਰੀਆਂ, ਵਿਦੇਸ਼ਾਂ 'ਚ ਬਹੁਤ ਸਾਰੇ ਪੰਜਾਬੀ ਵੀਰਾਂ ਨੇ ਬਹੁਤ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ। ਪੰਜਾਬ ਇਕੱਲਾ ਪੰਜਾਬ ਨਹੀਂ, ਬਹੁਤ ਦੁਨੀਆ ਦੇ ਵਿੱਚ ਬਹੁਤ ਸਾਰੇ ਪੰਜਾਬ ਵੱਸਦੇ ਆ। ਕੈਨੇਡਾ 'ਚ ਕਈ ਪੰਜਾਬ ਵੱਸਦੇ ਆ, ਆਸਟ੍ਰੇਲੀਆ 'ਚ ਕਈ ਪੰਜਾਬ ਵੱਸਦੇ ਆ, ਇੰਗਲੈਂਡ 'ਚ ਕਈ ਪੰਜਾਬ ਵੱਸਦੇ ਆ, ਜਰਮਨੀ 'ਚ, ਇਟਲੀ, ਜਿੱਥੇ ਜਾਓਗੇ ਪੰਜਾਬੀ ਮਿਲ ਜਾਣਗੇ। ਔਰ ਪੰਜਾਬੀ ਕਦੇ ਤੁਹਾਨੂੰ ਭੁੱਖਾ ਮਰਦਾ ਨਹੀਂ ਮਿਲੂਗਾ, ਪੰਜਾਬੀ ਕਦੇ ਭੀਖ ਮੰਗਦਾ ਨਹੀਂ ਮਿਲੂਗਾ। ਪੰਜਾਬੀਆਂ ਦੀ ਸ਼ਾਨ ਵੱਖਰੀ ਹੈ। ਸੋ ਪੰਜਾਬੀਆਂ ਦੀ ਸ਼ਾਨ ਵਾਸਤੇ ਅਸੀਂ ਦਿਨ ਰਾਤ ਕੰਮ ਕਰ ਰਹੇ ਹਾਂ। ਮੈਂ ਸੱਚੇ ਦਿਲੋਂ ਇਹ ਤੁਹਾਡੇ ਨਾਲ ਗੱਲ ਸਾਂਝੀ ਕਰ ਰਿਹਾ ਕਿ ਮੇਰਾ ਖੂਨ ਦਾ ਇੱਕ ਕਤਰਾ, ਮੇਰੇ ਦਿਲ ਦੀ ਇੱਕ ਧੜਕਣ ਪੰਜਾਬ ਵਾਸਤੇ ਧੜਕ ਰਹੀ ਹੈ। ਮੈਨੂੰ ਉਹ ਕਹਿੰਦੇ ਜੀ, ਕੋਈ ਪੱਤਰਕਾਰ ਕਹਿੰਦੇ ਜੀ, ਇਤਨਾ ਬਿਜ਼ੀ ਰਹਿਤੇ ਆਪ ਤੋ ਪਰਿਵਾਰ ਕੇ ਲੀਏ ਟਾਈਮ ਕਬ ਨਿਕਾਲਤੇ ਹੈ। ਮੈਨੂੰ ਕਿਹਾ ਜੀ, ਕੌਨ ਸੇ ਪਰਿਵਾਰ ਕੇ ਲੀਏ, ਕਹਿੰਦੇ ਵੀ ਆਪਣੇ ਪਰਿਵਾਰ ਕੇ ਲੀਏ। ਮੈਨੂੰ ਕਿਹਾ ਮੈਂ ਪਰਿਵਾਰ ਮੇਂ ਹੀ ਰਹਿਤਾ ਹੂੰ, ਕਹਿੰਦੇ ਨਹੀਂ, ਆਪ ਤੋ ਹਰ ਰੋਜ਼ ਦੋ ਦੋ ਤਿੰਨ ਤਿੰਨ ਜਗ੍ਹਾ ਪੇ ਹੋਤੇ ਹੈ, ਮੁੱਖ ਮੰਤਰੀ ਜਹਾਂ ਪਹੁੰਚੇ ਜਹਾਂ ਪਹੁੰਚੇ। ਮੈਨੂੰ ਕਿਹਾ ਜੀ, ਮੈਂ ਵਹੀ ਬਾਤ ਕਹਿ ਰਹਾ ਹੂੰ, ਪੰਜਾਬ ਹੀ ਮੇਰਾ ਪਰਿਵਾਰ ਹੈ, ਪੰਜਾਬੀ ਮੇਰੀ ਮਾਂ ਬਸਤੀ ਹੈ, ਪੰਜਾਬ ਮੇਂ ਮੇਰੀ ਬਹਿਨੇ ਬਸਤੀ ਹੈ, ਪੰਜਾਬ ਮੇਂ ਮੇਰੇ ਬੜੇ ਭਾਈ, ਪੰਜਾਬ ਮੇਂ ਮੇਰੇ ਛੋਟੇ ਭਾਈ, ਪੰਜਾਬ ਮੇਂ ਮੇਰੇ ਚਾਚੇ, ਪੰਜਾਬ ਮੇਂ ਮੇਰੇ ਦਾਦੇ, ਪੰਜਾਬ ਮੇਂ ਮੇਰੇ ਤਾਊ, ਸਾਰੇ ਮੇਰੇ ਮਾਸੀਆਂ ਚਾਚੀਆਂ ਪੂਰਾ ਪੰਜਾਬ ਬਸਦੀਆਂ ਨੇ, ਪੂਰਾ ਪੰਜਾਬ ਮੇਰਾ ਪਰਿਵਾਰ ਹੈ। ਤੁਸੀਂ ਮੈਨੂੰ ਲਾਣੇਦਾਰ ਬਣਾਇਆ, ਇਸ ਗੱਲ 'ਤੇ ਯਕੀਨ ਰੱਖਿਓ ਕਿ ਆਪਾਂ ਇਸ ਪਰਿਵਾਰ ਨੂੰ ਉਹਨਾਂ ਦਾ ਟੁੱਟਣ ਦੇਣਾ,
ਭਾਈਚਾਰਕ ਸਾਂਝ ਕਾਇਮ ਰੱਖਣੀ ਹੈ ਅਤੇ ਨਾ ਹੀ ਆਪਾਂ ਇਸ ਪਰਿਵਾਰ ਨੂੰ ਕਿਸੇ ਸੰਕਟ 'ਚ ਪਾਉਣਾ। ਇਹ ਪੰਜਾਬ ਦਾ ਇਹ ਪਰਿਵਾਰ ਤਰੱਕੀ ਕਰੂਗਾ। ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ, ਇਨਕਲਾਬ ਇਨਕਲਾਬ ਬੋਰੇ ਸੋਨਿਆਲ। ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਮੇਰੇ ਵੱਲੋਂ, ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ